ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਮੱਚ ਗਿਆ ਜਦ ਉਹਨਾਂ ਦੁਆਰਾ ਮਰੀਜ਼ ਬਲਜੀਤ ਕੌਰ ਦਾ ਇਲਾਜ ਪਿਛਲੇ 2 ਦਿਨ ਤੋਂ ਕੀਤਾ ਜਾ ਰਿਹਾ ਸੀ। ਬਲਜੀਤ ਕੌਰ ਅਚਾਨਕ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਈ ਸੀ। ਬਲਜੀਤ ਕੌਰ ਦੀ ਬੇਟੀ ਸੁਖਜਿੰਦਰ ਕੌਰ ਨੇ ਹਸਪਤਾਲ ਉੱਪਰ ਉਸ ਦੀ ਮਾਂ ਨੂੰ ਮਾਰਨ ਦੇ ਆਰੋਪ ਲਗਾਉਂਦੇ ਹੋਏ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਭ ਹਸਪਤਾਲ ਦੀ ਹੀ ਲਾਪਰਵਾਹੀ ਕਾਰਨ ਹੋਇਆ ਹੈ। ਅਸੀਂ ਆਪਣੇ ਮਰੀਜ਼ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਗਏ ਸੀ। ਉਹਨਾਂ ਨੇ ਸਾਨੂੰ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਸੀ। ਜਦ ਇੱਥੇ ਮਰੀਜ਼ ਨੂੰ ਲੈ ਕੇ ਉਹ ਆਏ ਤਾਂ ਡਾਕਟਰਾਂ ਦੁਆਰਾ ਮਰੀਜ਼ ਦਾ ਕੋਈ ਚੈੱਕਅਪ ਨਹੀਂ ਕੀਤਾ ਗਿਆ ਅਤੇ ਸਿਰਫ ਹਾਰਟ ਬੀਟ ਚੈੱਕ ਕਰਕੇ ਸਿੱਧਾ ਸਟੰਟ ਲਗਾਉਣ ਦੀ ਗੱਲ ਕੀਤੀ ਅਤੇ ਕਿਹਾ ਕਿ 45 ਤੋਂ 55% ਤੁਹਾਡਾ ਮਰੀਜ਼ ਠੀਕ ਹੋ ਜਾਵੇਗਾ। ਪਰੰਤੂ ਸਟੰਟ ਲਗਾਉਣ ਤੋਂ ਠੀਕ 2 ਘੰਟੇ ਬਾਅਦ ਉਸ ਦੀ ਮਾਂ ਦੀ ਛਾਤੀ ਵਿੱਚ ਦਰਦ ਹੋਇਆ ਅਤੇ ਉਹ ਬੇਹੋਸ਼ ਹੋ ਗਏ, ਜ਼ਮੀਨ ਉੱਪਰ ਡਿੱਗ ਪਈ। ਡਾਕਟਰਾਂ ਨੇ ਉਹਨਾਂ ਨੂੰ ਮਰੀਜ਼ ਨੂੰ ਮਿਲਣ ਤੱਕ ਨਹੀਂ ਦਿੱਤਾ ਅਤੇ ਕਿਹਾ ਕਿ ਮਰੀਜ਼ ਦੇ ਦਿਮਾਗ ਦੀ ਨਾੜੀ ਫਟ ਗਈ ਹੈ ਤੇ ਹੁਣ ਮਰੀਜ਼ ਦੇ 1% ਹੀ ਬਚਣ ਦੇ ਚਾਂਸ ਹਨ। ਪਰੰਤੂ ਇਹ ਸਭ ਪੈਸੇ ਲੈਣ ਦੇ ਬਹਾਨੇ ਹਨ ਅਤੇ ਹੁਣ ਉਹ ਮਰੀਜ਼ ਦੇ ਪਰਿਵਾਰ ਨੂੰ ਉਸ ਦੀ ਲਾਸ਼ ਵੀ ਨਹੀਂ ਦੇ ਰਹੇ, ਜਿਸ ਦੇ ਚੱਲਦੇ ਉਹਨਾਂ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਹਸਪਤਾਲ ਉੱਪਰ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਗਈ। ਮੇਰੇ ਮੰਮਾ ਪਰਸੋਂ ਤੇ ਦਾਖਲ ਇੱਥੇ, ਪਹਿਲਾਂ ਸਿਵਲ ਹੋਸਪਿਟਲ ਸੀ, ਉੱਥੋਂ ਵਧੀਆ ਆਏ। ਇਹ ਕਹਿੰਦੇ ਉਹਨਾਂ ਦੀ ਗਲਤੀ ਕੋਈ ਨਹੀਂ, ਉੱਥੋਂ ਬਹੁਤ ਵਧੀਆ ਆਏ ਨੇ। ਉਹ ਆ ਕੇ ਇਹਨਾਂ ਕੋਲੋਂ ਜਦੋਂ ਦਾਖਲ ਕਰਾਇਆ ਹੈ, ਗਿਣਤੀ ਨੇ ਸਿਰਫ ਅੱਧਾ ਪੌਣਾ ਘੰਟਾ ਲੱਗਿਆ, ਉਹ ਵੀ ਇਹਨਾਂ ਨੇ ਕੋਈ ਟੈਸਟ ਸਿਰਫ ਇੱਕ ਸਕੋਲ ਜ਼ਰੂਰ ਕੀਤੀ ਹੈ, ਹਾਰਟ ਬੀਟ ਚੈੱਕ ਉਹ ਵੀ ਸਾਹਮਣੇ ਸਾਡੇ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਬੇਹੋਸ਼ ਕੀਤਾ, ਬੇਹੋਸ਼ ਕਰਕੇ ਸਿੱਧਾ ਕੋਈ ਟੈਸਟ ਨਹੀਂ, ਕੁਛ ਨਹੀਂ, ਸਿੱਧਾ ਆਪਰੇਸ਼ਨ ਥੀਏਟਰ ਲੈ ਕੇ ਸਟੰਟ ਪਾਤਾ। ਸਟੰਟ ਪਾਉਣ ਤੋਂ ਬਾਅਦ 1.5 ਘੰਟੇ ਬਾਅਦ ਵਾਪਸ ਲਿਆ ਕੇ 8:30 ਨੂੰ ਸਾਨੂੰ ਮਿਲਵਾਇਆ, ਉਹ ਵੀ ਇੱਕ ਬੰਦਾ ਹੀ ਮਿਲ, 2 ਬੰਦੇ ਮਿਲੇ, ਇੱਕ ਮੇਰੇ ਪਾਪਾ ਇੱਕ ਮੇਰੇ ਸਿਸਟਰ, ਉਹ ਵੀ ਬਹੁਤ ਮੁਸ਼ਕਿਲ ਇਹਨਾਂ ਨੇ ਸਾਨੂੰ ਮਿਲਣ ਦਿੱਤਾ। ਉਹਨਾਂ ਨੂੰ ਮਿਲਾਉਣ ਤੋਂ ਬਾਅਦ ਸਿਰਫ ਉਹਨਾਂ ਨੂੰ ਖਿਚੜੀ ਦਲੀਆ ਖਵਾ ਕੇ, ਬਿਲਕੁਲ ਠੀਕ ਸੀ, ਆਪਰੇਸ਼ਨ ਸੈੱਟ ਹੋਇਆ, ਪਤਾ ਨਹੀਂ ਸਟੰਟ ਦੀ ਲੋੜ ਸੀ ਨਹੀਂ ਸੀ, ਇਹਨਾਂ ਨੇ ਪਾਤਾ। ਉਹਦਾ ਅਸਰ 2 ਘੰਟੇ ਬਾਅਦ ਚਾਲੂ ਹੋਇਆ, 2 ਘੰਟਿਆਂ ਬਾਅਦ ਜਦੋਂ ਦਰਦ ਸ਼ੁਰੂ ਹੋਇਆ, ਦਰਦ ਨਾਲ ਇੱਕੋ ਦਮ ਤੜਫ ਤੜਫ ਕੇ ਡਿੱਗ ਗਏ, ਤਾਂ ਮੇਰੇ ਪਾਪਾ ਨੇ ਆਪਣੀ ਅੱਖੀ ਦੇਖਿਆ। ਡਾਕਟਰਾਂ ਦੀ ਇੱਥੇ ਗਲਤੀ ਸੀ, ਉਹਨਾਂ ਨੇ ਕਿਹਾ ਨਸ਼ੇ ਦੇ ਟੀਕਿਆਂ ਕਰਕੇ ਡਿੱਗੇ ਨੇ। ਉਦੋਂ ਬਾਅਦ ਉਹਨਾਂ ਨੇ ਅੱਖ ਨਹੀਂ ਖੋਲੀ, ਸਵੇਰੇ 6 ਵਜੇ ਫੋਨ ਕਰਕੇ ਸਾਨੂੰ ਕਹਿੰਦੇ ਨੇ ਕਿ ਉਹਨਾਂ ਦੀ ਦਿਮਾਗ ਦੀ ਨਸ ਫਟਕੀ ਜਿਹੜੀ ਰਾਤ 11 ਵਜੇ ਦੀ ਫਟੀ ਹੋਈ ਸੀ, ਇਹਨਾਂ ਨੂੰ 6 ਵਜੇ ਪਤਾ ਲੱਗਿਆ। ਇਹ ਕਿੱਥੇ ਸੀ ਰਾਤ 11 ਤੋਂ 6 ਦੇ ਵਿਚਕਾਰ, ਜਿਨ੍ਹਾਂ ਨੇ ਦੇਖਿਆ ਨਹੀਂ। ਮੇਰਾ ਪ੍ਰਾਈਵੇਟ 'ਚ ਲਿਆਉਂਦਾ ਫਾਇਦਾ ਕਿ ਇਹਨਾਂ ਨੇ ਉਹਨਾਂ ਨੂੰ ਦੇਖਿਆ ਨਹੀਂ। 6 ਵਜੇ ਸਕੈਨ ਕਰਕੇ 10 ਵਜੇ ਰਿਪੋਰਟ ਆਈ, ਐਡੇ ਵੱਡੇ ਹਸਪੀਟਲ 'ਚ, ਸਰਕਾਰੀ 'ਚ ਛੇਤੀ ਆ ਜਾਂਦੀ ਹੈ, 6 ਵਜੇ ਸਕੈਨ ਕਰਕੇ 10 ਵਜੇ ਰਿਪੋਰਟ ਕਿਉਂ ਆਈ, ਛੇਤੀ ਕਿਉਂ ਨਹੀਂ ਆਈ? ਇਹ ਕੱਲ ਦੀ ਗੱਲ ਹੈ, ਕੱਲ ਸਵੇਰ 6:30 ਸਕੈਨ ਹੋਇਆ, ਰਿਪੋਰਟ 10 ਵਜੇ, ਸਾਨੂੰ ਤਾਂ ਦਿੱਤੀ ਵੀ ਨਹੀਂ, ਦੱਸਿਆ ਵੀ ਨਹੀਂ। ਉੱਪਰ ਮਿੰਤਾਂ ਤਰਲਿਆਂ ਨਾਲ ਜਾ ਕੇ ਪੁੱਛਿਆ ਬਈ ਹੋਇਆ ਕੀ, ਕਹਿੰਦੇ 10 ਫਟਕੀ ਫਟੀ ਰਾਤ 11 ਵਜੇ, ਸਵੇਰੇ 6 ਵਜੇ ਪਤਾ ਲੱਗਿਆ। ਕੀ ਨਾਮ ਸੀ ਤੁਹਾਡੇ ਪੇਸ਼ੈਂਟ ਦਾ? ਬਲਜੀਤ ਕੌਰ। ਹਾਂਜੀ, ਫਿਰ ਹੁਣ ਕੀ ਕਹਿ ਰਹੇ ਇਹਨਾਂ? ਇਹ ਵੀ ਕੀ ਕਹਿੰਦੇ, ਇਹ ਵੀ ਸੁਣੋ, ਕਹਿੰਦੇ ਸਾਡੀ ਗਲਤੀ ਨਹੀਂ, ਸਿਵਲ ਹਸਪੀਟਲ ਵਾਲਿਆਂ ਦੀ ਗਲਤੀ ਹੈ। ਉਹਨਾਂ ਨੇ ਇੱਕ ਇੰਜੈਕਸ਼ਨ ਇਹੋ ਜਿਹਾ ਲਗਾਤਾ ਕਿ ਉਹਨਾਂ ਦੇ ਦਿਮਾਗ ਨੂੰ ਚੜ ਗਿਆ, ਜਿਹੜਾ ਇੰਜੈਕਸ਼ਨ ਇਹ ਕਹਿ ਰਹੇ ਆ। ਮੈਂ ਆਉਂਦੇ ਪੇਸ਼ੈਂਟ ਦਾ ਨਾਮ ਵੀ ਦੱਸਣ ਤੋਂ ਪਹਿਲਾਂ ਕਿਹਾ ਉਹਨਾਂ ਨੂੰ ਇੱਕ ਟੀਕਾ ਲੱਗਾ, ਉਹ ਟੀਕਾ ਮੈਂ ਇਹਨਾਂ ਨੂੰ ਲਿਖਾਇਆ, ਇਹਨਾਂ ਨੂੰ ਪਤਾ ਸੀ ਜਿਹਨਾਂ ਨੂੰ ਉਹ ਟੀਕਾ ਲੱਗਾ, ਇਹਨਾਂ ਨੇ ਉਸ ਹਿਸਾਬ ਨਾਲ ਆਪਣਾ ਟ੍ਰੀਟਮੈਂਟ ਕਿਉਂ ਨਹੀਂ ਸ਼ੁਰੂ ਕੀਤਾ, ਵੀ ਟੀਕਾ ਲੱਗ ਚੁੱਕਾ ਪੇਸ਼ੈਂਟ ਨੂੰ, ਪੇਸ਼ੈਂਟ ਬਚੇਗਾ ਨਹੀਂ ਬਚੇਗਾ ਇਹ ਮੈਨੂੰ ਪਹਿਲਾਂ ਦੱਸ ਦਿੰਦੇ। ਇਹਨਾਂ ਦੇ ਇੱਕ ਸੀਨੀਅਰ ਡਾਕਟਰ ਨੇ ਮੈਨੂੰ ਇਹ ਗੱਲ ਕਹੀ ਹੈ, ਬਜ਼ੁਰਗ ਦੇ ਸੀਗੇ, ਤੁਹਾਡੀ ਮੰਮੀ 45 ਤੋਂ 55% ਬਿਲਕੁਲ ਠੀਕ ਤੁਰਨਗੇ ਫਿਰਨਗੇ, ਬਸ ਇੱਕ ਵਾਰੀ ਸਟੰਟ ਪਾ ਦੀ। ਇਹਨਾਂ ਨੇ ਕੋਈ ਟੈਸਟ ਨਹੀਂ ਕੀਤਾ, ਸਿਰਫ ਸਟੰਟ ਪਾਇਆ। ਕਿੰਨੇ ਪੈਸੇ ਲਏ ਤੁਹਾਡੇ ਤੋਂ ਮੰਗ ਕੀਤੀ, ਕੋਈ ਪੈਸੇ ਵਗੈਰਾ ਦੀ? ਹਾਂ, ਨਹੀਂ ਖਰਚਾ ਦੱਸਿਆ ਸੀ, ਕਹਿੰਦੇ 1,80,000 ਦਾ ਪੈਕੇਜ ਹੈ, ਹੁਣ ਬਿੱਲ ਬਣਾ ਕੇ ਤਾਂ 2,35,000 ਤੋਂ। ਹਾਂ, ਧਰਨਾ ਲਾਇਆ, ਸਾਡੀ ਮਾਂ ਦੋ, ਸਾਨੂੰ ਕੋਈ ਦੱਸੋ ਮਾਰੀ ਕਿਉਂ ਹੈ? ਪਹਿਲੀ ਗੱਲ ਤੁਹਾਡੀ ਗਲਤੀ ਜਿਹੜੀ ਤੁਸੀਂ ਰਾਤ 11 ਤੋਂ 6 ਦੇ ਵਿਚਕਾਰ ਕੀਤੀ, ਉਹਨਾਂ ਟ੍ਰੀਟਮੈਂਟ ਸਹੀ ਕਿਉਂ ਨਹੀਂ ਕੀਤਾ? ਐਡੇ ਵੱਡੇ ਹਸਪੀਟਲ ਲੈ ਕੇ ਸਾਡਾ ਫਾਇਦਾ ਕੀ? ਤੁਸੀਂ ਉਹਨਾਂ ਨੂੰ ਪੁੱਛਿਆ ਹੀ ਨਹੀਂ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਮੈਂ ਉਹਨਾਂ ਤੋਂ ਕੀ ਮੰਗਾਂ? ਮੇਰੀ ਮਾਂ ਦੇ ਦਿਓ ਮੈਨੂੰ, ਮਰੀ ਹੋਈ, ਇਹਨਾਂ ਨੂੰ ਅਕਲ ਆ ਜਾਏ, ਇਹਨਾਂ ਨੇ ਮੇਰੀ ਮਾਂ ਠੀਕ ਨਹੀਂ ਕੀਤੀ। ਪ੍ਰਸ਼ਾਸਨ ਦਾ ਤਾਂ ਜੇ ਰੋਲ ਨਹੀਂ ਹੈ। 11 ਤੋਂ 6 ਦੇ ਵਿਚਕਾਰ ਇਹਨਾਂ ਨੇ ਕੀ ਕੀਤਾ? ਹੱਥ ਜੋੜ ਕੇ ਸੁੱਤੇ ਰਹੇ, ਤੇ 10 ਵਜੇ ਡਾਕਟਰ ਨੂੰ ਅਸੀਂ ਫੋਨ ਤੇ ਗੱਲ ਕੀਤੀ ਹੈ, ਡਾਕਟਰ ਫੋਨ ਤੇ ਟ੍ਰੀਟਮੈਂਟ ਕਰ ਰਿਹਾ, ਡਾਕਟਰ ਕਿਉਂ ਨਹੀਂ ਆ ਸਕਦਾ? ਪੇਸ਼ੈਂਟ 6 ਵਜੇ ਸੀਰੀਅਸ ਹੋਇਆ ਸਾਨੂੰ ਕਹਿੰਦੇ, ਜਦਕਿ 11 ਵਜੇ ਦਾ ਸੀਰੀਅਸ ਹੈ, ਪੇਸ਼ੈਂਟ ਡਾਕਟਰ 6 ਵਜੇ ਕਿਉਂ ਨਹੀਂ ਆਇਆ? ਡਾਕਟਰ ਘਰੇ ਬੈਠਾ ਰੋਟੀ ਖਾ ਰਿਹਾ, ਪ੍ਰਾਈਵੇਟ ਡਾਕਟਰ ਨੇ ਮਤਲਬ ਕੁਝ ਵੀ ਕਰੇਗਾ, ਇਹਦੇ ਪੈਸੇ ਕਿਆ ਦੇ ਲੈ ਰਿਹਾ ਜੋ 6 ਵਜੇ ਆ ਨਹੀਂ ਸਕਿਆ, ਜਦੋਂ ਮੇਰੀ ਮਾਂ ਬਿਮਾਰ ਹੈ? ਮੈਂ ਕੀ ਕਹਾਂ, ਮਰੀ ਹੋਈ ਤਾਂ ਦਿਨ ਦੇ ਦੇਣਗੇ, ਲੈ ਕੇ ਜਾਊਂਗੀ ਮਰੀ ਹੋਈ ਵੀ, ਪਰ ਇਹਨਾਂ ਨੇ ਗਲਤੀ ਨਾਲ ਮਾਰੀ ਹੈ, ਮੈਂ ਉਹਦਾ ਕੀ ਕਰੂੰਗੀ? ਹੁਣ ਕੀ ਕਹਿ ਰਹੇ ਆ, ਦਿੰਦੇ ਨਹੀਂ ਮੋਰ ਬੋਡੀ? ਨਾ ਜੀ, ਕੀ ਬੋਡੀ ਦਾ ਕੀ ਕਹਿ ਰਹੇ? ਬੋਡੀ ਵੀ ਨਹੀਂ ਦੇ ਰਹੇ, ਮੈਂ ਉੱਪਰ ਹੋ ਕੇ ਆਈ, ਬਸ ਹੁਣ ਤਾਂ ਡਾਕਟਰ ਵੀ ਕੋਲੇ ਆ ਖੜਾ, ਇੱਕ ਨਰਸਾਂ ਵੀ ਖੜੀਆਂ। ਰਾਤ ਇਹ ਕਹਿੰਦੇ ਪੇਸ਼ੈਂਟ ਠੀਕ, ਫਿਰ ਵੀ ਠੀਕ ਸੀ, ਰਾਤ ਪੇਸ਼ੈਂਟ ਨੂੰ ਲਾਈਟਾਂ ਬੰਦ ਕਰਕੇ ਤੇ ਰੂਮ ਬੰਦ ਕਰ ਦਿੱਤਾ। ਕਿਸੇ ਪੇਸ਼ੈਂਟ ਨਾਲ ਤੁਸੀਂ ਐਂ ਕਿਉਂ ਕੀਤਾ ਬਾਈ? ਜੇ ਤੁਸੀਂ ਉਹਨੂੰ ਆਪਣੇ ਕਮਰੇ 'ਚ ਰੱਖਣਾ ਸੀ, ਸਾਡੇ ਘਰੇ ਦਿੰਦੇ ਰਾਤ ਭਰ, ਅਸੀਂ ਉਹਨਾਂ ਕੋਲ ਬਹਿਤਾ ਜਾਂਦੇ। ਤੇ ਪੇਸ਼ੈਂਟ ਐਮਰਜੈਂਸੀ 'ਚ ਆਇਆ ਸਾਡੇ ਕੋਲ ਪਰਸੋਂ ਸ਼ਾਮ ਨੂੰ 4 ਵਜੇ, 4:30 ਵਜੇ। ਇਹ ਪੇਸ਼ੈਂਟ ਨੂੰ ਪਰਸੋਂ ਮਾਰਨਿੰਗ ਦੇ ਵਿੱਚ 6 ਵਜੇ ਚੈਸਟ ਪੇਨ ਹੋਇਆ ਸੀ, ਔਰ ਇਹ ਸਿਵਲ ਹੋਸਪਿਟਲ 'ਚ ਤਕਰੀਬਨ 10 ਵਜੇ ਪਹੁੰਚੇ ਉਸੇ ਦਿਨ, ਔਰ ਜਿੱਥੇ ਕਿ ਇਹਨਾਂ ਨੂੰ
चार पाँच बजे के करीब जो अभी उत्थे देखा तो हार्ट का फंक्शन देखा हार्ट काफ़ी कमजोर हो चुका से डैमेज सगा इको वगैरह करके देखी ईसीजी काफ़ी चेंजस और पेशेंट ऑनगोइंग चेस्ट पेन से दर्द हो रहा है हजे इसलिए उन्होंने फिर हाई रिस्क कंसेंट सर इनफॉर्म कंसेंट एंजियोग्राफी के कंसेंट लैके उन्होंने चंगी तरह समझा के रिस्क फैक्टर और फिर इन्होंने एंजियोग्राफी लिए लिया गया एंजियोग्राफी एक नस इन्हों की 100% ब्लॉक सी इन्हों जिदे करके ये दर्द और ये सारी चीज़ा चल रही थी और इन्हों की स्टंटिंग की गई और उस तो बाद पेशेंट को सीसीओ के शिफ्ट किया गया जिदे पोस्ट प्रोसीजर पेशेंट को कोई कंप्लेन नहीं थी कॉन्शियस से होश से हवा से बिल्कुल ठीक ठाक से ब्लड प्रेशर ठीक से यूरिन आउटपुट वधिया आ रही थी और शाम को पेशेंट ने खाना भी लिया और उस तो बाद पेशेंट सो गया है उस तो बाद पेशेंट के रिलेटिव ने भी मिलाया सारा ठीक ठाक से उस तो बाद सवेरे जाके कि पेशेंट को अर्ली मॉर्निंग जाके पेशेंट ड्राउजी होया थोड़ा जहा जिदे करके असी नाल दी नाल उन्होंने उदो देखा मतलब बेहोशी की हालत हाँ सैमी कॉन्शियस मतलब कि बेहोशी जी हो रहा है सवेरे कल सवेरे अर्ली मॉर्निंग उस तो बाद नाल दी नाल इन्हों सिटी स्कैन लिए शिफ्ट किया सिटी स्कैन कराया जिदे कि हैमरेजिक इनफार्क्ट आया था मतलब ब्रेन के ब्लीडिंग आई थी उस तो बाद नाल दी नाल इन्हों इलेक्टिवली इंटूबेट किया गया वेंटीलेटर सपोर्ट से सारी मशीन से रखा गया इन्हों है ना इस तो बाद इन्होंने वाइटल्स बिल्कुल ठीक चल रहे ब्लड प्रैशर ठीक चल रहा है हार्ट रेट ठीक चल रही थी यूरिन आउटपुट ठीक आ रही थी बट पेशेंट वेंटीलेटर सपोर्ट से चल रहा है जोड़ा रिस्क से सारा इन्होंने रैलेटिव इन्होंने बेटे नू, और इन्होंने हसबैंड चंगी तरह दस मैं ब्लड इंजैक्शन स्टेप्टोकोकोनस लगे उन्होंने जिदे कि रिस्क फैक्टर होंगे सानू यह नहीं पता भी उन्होंने इन्होंने एक्सप्लेन किए कि नहीं किए क्योंकि इस स्टेप्टोकोकोनस के एडवांटेज भी होंगे डिसएडवांटेज भी होंगे ठीक है और ये डिसएडवांटेज यही होंगे कि सेम खून ब्लीडिंग होनी ब्रेन के ब्लीडिंग होनी है ना और बी शॉक चले जाना प्रैशर ब्लड प्रैशर एकदम घट जाता इस इंजैक्शन न तो यह दिक्कत आदि है यह इंजैक्शन हम कार्डियोलॉजिस्ट कोई भी यूज नहीं कर रहे देखो यह रिस्क फैक्टर है स्ट्रेप्टोकोकोनस के तुम पढ़ सकते हो ये सानू खुद हले नहीं पता की अनुभव तुम पता लगे मैनू भी नहीं पता लगता मैं पेशेंट तो सारा कुछ एक्सप्लेन कल भी उन्होंने सारा कुछ एक्सप्लेन करके साइन भी ले कि असी जब तक पेशेंट की पल्स चलती पई है पेशेंट का बीपी आ रहा है पेशेंट का यूरिन आउटपुट निकल रहा है असी उन्हें डेड घोषित नहीं कर सकते पेशेंट को कई बार की लगता है जो ज्यादा एजुकेटेड नहीं होंगे उन्होंने लगता है कि भाई वेंटीलेटर से चढ़ा के साढ़े पैसे बिल बनाते पे नहीं कहते हैं कि ब्रेन डेड हो गया कहते डॉक्टर लिख देंगे यानी कि रिकवर हो जाएगा तो अभी 10 लाख रुपए की 20 लाख रुपए जमा करा लेंगे तो डॉक्टर साहब ब्रेन डेड है डॉक्टर साहब ने उन्होंने दसा कि 2% चांस एक या 2% चांस है डॉक्टर साहब वो डॉक्टर साहब की उन्होंने लिखे 2% चांस हाँ जी हूँ ये अगर पेशेंट अगर अपनी मर्जी ना लैके जाना चाहते हैं तो लैके जाता नहीं तो अभी तो ट्रीटमेंट अपना जारी रख रहे हैं हाले भी उत्तर पेशेंट का पूरे दवाइया लगे हुई ने ट्रीटमेंट के कोई परेशानी नहीं आई असं वेंटीलेटर हटा भी नहीं सकते इन्ने से सर अगर तुम कहो तुम वेंटीलेटर हटा दो क्यों हटाइए जो यार 2% चांस भी है बचन के चांस है जी 2% ब्रेन के बचन ठीक होने के चांस 98% तो लोगों को यह लगता है कि भी वेंटीलेटर से शायद पैसे करके चढ़ाया हुआ है जबकि वेंटीलेटर से तब तक असी हॉस्पिटल नहीं हटा सकता जब तक उसकी बीपी पल्स उसका यूरिन आउटपुट प्रॉपर आता है और जब तक 1-2% चांस है ने पेशेंट बठिंडा तो जुगनू शर्मा की रिपोर्ट जगसेवक वेब टीवी ओरिया जंप